हाँ जी, तो अज का ब्लॉग शुरू होता है। तो स्वागत है तुहाडा साडे चैनल ते ते साडे ब्लॉग च। अज दे ब्लॉग च आप दिखाने जा रहे हैं कि अज की करना है। पिछे तुसीं झाड़ू पे देख ही लेंगे, एक आओ मंजे पे ने सब कुछ बाहर कड़ा पे भी अंदरों हम साफ सफाई चलूगी। अंदरों साफ सफाई चलूगी तो हम अस थकेंगे तो पै जाएंगे, तो अथने लड़िया लुड़िया लावे, दीप माला लावे, तो नज़ारे लावे। मरसा तक दिन कहते कि करी जाना मुंडा, तो दिखावे सू लटन आते हैं, सो मिलते हैं लटन आते देखने तक लगते हैं समान बहुत च। हाँ जी मित्रों, रोटी खा के हटे सी ते मम्मी कहती पत्ता उपर आएगा तो है गया ना पोचा लिया। हाँ ठीक है भाई, पोचा ले आवे, कम कार तो करनी ने पहले रह के नहीं गल बनती। दिवाली का टाइम साफ सफाई करनी जरूरी है। कम कार सारे वेलो जेंट लगकर ही रे, कौन है ये लोग, कहाँ से आते हैं। हाँ जी मित्रों, आप पिंड की मौज सहर कथे लभनी है। हाँ जी मित्रों, तो सफाई होगी तो अपनी भी कसाई होगी, थक गए पहला चमका चमका। हूँ टाइम हो गया पौने एक, ओ सवा एक, असी लगे साढ़े 8 बजे सवेरे, तो हूँ तक कसी रहे, थक के बाज भी और हिसाब से होगी, प्यास लग रही है पानी की, ता करके तो ही प्यार हो गया, लगाव हो गया कसाता इन्होंने बेचारे अद्धा रह गया फर्स साफ कर। आंडे वर्ग निकले हूँ चलते आप थले करते आराम पैने, नींद आ रही है। Few moments later. जी मित्रों, आप है रेडी लहरे जाने वास्ते समान समून लिया, देखते हैं और कि जी चीज पसंद आई चक लेंगे। हाँ है ना, तो मास्क तो आप प्रदूषण वाला हो रहा है, तो हाँ डर गया करना गया। हाँ जी, आप टीने के घर चाह पीने, चाह पानी पीने वास्ते भुख वो लगती, मैं टीने के बाद चलते अपने यार मित्र के, तो सारे ना गिफ्ट देते हैं टीने ने, कहना लैर तो खेल दिया जवाब का जवाब है। दिवाली का गिफ्ट है, दिवाली का गिफ्ट दिते देख ली चौट करते फिर समय कम आंदा डबल जी जॉन सी नारे च। अब बैट जीत ली ने, अब बैट जीत ली जॉन सी नारी कौन सा मुंडा पूरा एंड वाला चला। क्या ना खा करते ने, क्या खा कर दस, खा 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 के खा। हां कैमरा किधर साफ करे करते ने, ये कैमरा खा है चुका कैमरा थुकना साफ करे कर देने वो कपड़े नाल नहीं करना, कपड़े नाल बस साफ कर दे थुकना। अच्छा क्या यार है, ठीक है भाई आ दे यार बिल्ला मोसा बिल्ला मोसा म्याओ म्याओ। अरे ओए रख कर बना उते खांदे की आ बालो छैया, ਇੱਥੋਂ ਦੇ ਨਿਆਣੇ ਵੀ ਸਿਆਣੇ ਬੱਲੀਏ ਚੱਕ।
ਪੁੱਠੀ ਪਾਤੀ ਕਿਰਪਾਨ ਮੈਣ ਚ ਪੁੱਠੀ ਪਾਤੀ ਸੀ ਗੁੱਡੇ ਨੂੰ ਵੀ ਖਵਾਏ ਤੇਰੇ ਨੂੰ ਆ ਦੇਖੋ ਜੀ ਲਹਿਰੇ ਕਾਕੇ ਅੱਜ ਇਕੱਠ ਇਕੱਠਾ ਯਾਰ ਦੀਵਾਲੀ ਕਾਹਦੀ ਇਹਨਾਂ ਗਾਈ ਵਰਗ ਸਾਰਿਆਂ ਨੇ ਭੀੜ ਭੜਾਕਾ ਮੱਕੀਆਂ ਮੱਕੀਆਂ ਮੱਕੀ ਮੱਕੀਆਂ ਲਹਿਰਾ ਕਾਕਾ ਚ ਮੋਹਾਲੀ ਮਰ ਰਿਹਾ ਮੋਹਾਲੀ ਕੀ ਮਰ ਰਿਹਾ ਹੋਊਗਾ ਕੈਨੇਡਾ ਮਰ ਰਿਹਾ ਹੋਊਗਾ ਕੈਨੇਡਾ ਕੀ ਮਰ ਰਿਹਾ ਹੋਊਗਾ ਲੇਲਾ ਆ ਇੱਥੇ ਖਵਾ ਰਹੇ ਤੈਨੂੰ ਡੈਰੀ ਮਿਲਕ ਕੈਬਰੀ ਡੈਰੀ ਮਿਲਕ ਖਵਾ ਰਹੇ ਅੱਜ ਨਹੀਂ ਅੱਜ ਤਾਂ ਅੱਜ ਨਹੀਂ ਅੱਜ ਤਾਂ ਹਟਦੇ ਨਹੀਂ ਮੁੰਡਾ ਅੱਜ ਨਹੀਂ ਹਟਦੇ ਅੱਜ ਤਾਂ ਲੱਖ ਰੁਪਏ ਲਾਦਾ ਅੱਖਾਂ ਵਿੱਚ ਗਏ ਲੱਖ ਰੁਪਏ ਆ ਗਈ 2 ਲੱਖ ਰੁਪਏ ਲਾਦਾ ਚੱਕ ਮੈਂ ਲੁੜੀ ਵੀ ਕਾਗਜ਼ ਲੈ ਖਾਲੀ ਖਵਾਉਂਦਾ ਕਾਗਜ਼ ਦਿਖਾਉਂਦਾ ਵੀ ਮੈਂ ਖਾਧੀ ਹੋਈ ਹੈ ਪੂਰਾ ਰਸ ਹੈ ਅੱਜ ਰਸ ਤਾਂ ਰਸ ਹੀ ਹੈ ਰਸ ਰਸ਼ ਹੈਗਾ ਰਸ਼ ਰਸ ਨਹੀਂ ਹੈਗਾ ਰਸ਼ ਹੈ ਰਸ਼ ਯਾਰੀ ਦੋ ਡੱਬੀਆਂ ਕਹਿੰਦੇ ਅਸਲੀ ਯਾਰੀ ਮਾਸਕ ਤਾੜਤਾ ਆ ਖਾਣੀ ਜਾਂਦਾ ਰਿਹਾ ਸੋ ਘਰ ਆ ਗਏ ਲਹਿਰ ਤੋਂ ਹੁਣ ਦੇਖਦੇ ਹਾਂ ਦੀਪ ਲਾਈਏ ਜਾਂ ਨਾ ਲਾਈਏ ਕੀ ਕਰੀਏ ਮੈਂ ਜੀਤਾਂ ਹੈਗਾ ਵੀ ਦੀਪੇ ਲਾ ਦਿੰਦੇ ਹਾਂ ਥੱਲੇ ਦੀਪਮਾਲ ਨੂੰ ਰਹਿਣ ਦੇਣਾ ਬਾਕੀ ਦੇਖਦੇ ਹਾਂ ਸਮਾਂ ਕੀ ਕਹਿੰਦਾ ਹੈ ਵੀ ਦੀਪਮਾਲ ਲਾਈਏ ਕਿ ਨਾ ਆ ਦੇਖੋ ਮੁੰਡਾ ਮੁੜ ਗਿਆ ਸੀ ਦੁਬਾਰੇ ਮਾਸਕ ਦੇਣਾ ਹੈ ਇਹ ਸੁੱਕੀ ਦਾ ਮਾਸਕ ਰਹਿ ਗਿਆ ਮੁੰਡੇ ਦਾ ਹਾਂਜੀ ਮਿੱਤਰੋ ਬੇਬੇ ਦੀਵਾਲੀ ਵਾਲੇ ਦਿਨ ਆਈ ਵਾਰ ਖੋਆ ਕੱਢਦੀ ਹੁੰਦੀ ਹੈ ਸਵਾਦ ਹੀ ਉਹਦਾ ਖੋਆ ਦਿਖਾਉਣਾ ਸਾਨੂੰ ਕੱਢਦੀ ਨੂੰ ਖੋਆ ਕਿੰਨਾ ਲੱਗਿਆ ਪੇ ਮਿੱਠਾ ਪਾਤਾ ਹਾਜ਼ਰੀ ਨਹੀਂ ਪਾਇਆ ਕਰਦੇ ਆਟਾ ਨਾ ਰਾਈ ਬਣਾ ਰਹੀ ਸਵਾਦ ਬਣ ਕਰੇ ਦੀਪ ਮਾਲਾ ਲਾਉਣ ਦੀ ਤਿਆਰੀਆਂ ਸਿਆਰੀਆਂ ਚੱਲ ਰਹੀਆਂ ਜੋਰਾਂ ਖੋਰਾਂ ਨਾਲ ਸਾਡੇ ਨਾਲ ਸਾਥ ਨਿਭਾ ਰਹੇ ਨੇ ਗੱਗੀ ਨੰਬਰਦਾਰ ਜੀ ਬੂਫਰ ਲਾ ਰੱਖਿਆ ਪਰ ਗਾਣਾ ਤਾਂ ਨਹੀਂ ਲਾਇਆ ਉਹਨੇ ਕਾਪੀ ਰਾਈਟ ਆ ਸਕਦਾ ਹੈ ਤਾਂ ਨਹੀਂ ਲਾਇਆ ਉਹ ਬੈਠਣੇ ਥੈਂਕ ਯੂ ਤੁਸੀਂ ਲਾ ਜੀ ਫਿਰ ਨੰਬਰਦਾਰ ਸਾਰੀਆਂ ਲੋ ਵੀ ਮਿੱਤਰ ਲਾ ਤੀ ਆਪਣੇ ਦੀਪ ਮਾਲਾ ਹੱਥ ਦੇਖ ਸਕਦੇ ਹੋ ਕਾਲੇ ਕਾਲੇ ਹੋ ਗਏ ਜਮਾਂ ਰਹਿ ਜੇ ਖੁਦ ਹੀ ਆ ਪੀਆਂ ਨੇ ਖਰਾਬ ਨੇ ਤਾਂ ਹਾਂਜੀ ਆਪਾਂ ਚੱਲੇ ਹਾਂ ਬੇਬੇ ਨੂੰ ਮਾਈ ਰਾਣੀਆਂ 'ਤੇ ਮੱਥਾ ਟਿਕਾਉਣ ਅਤੇ ਆਪ ਵੀ ਟੇਕ ਕੇ ਆਵਾਂਗੇ ਖਾਲੀ ਖਾਂ 'ਤੇ ਟੇਕ ਕੇ ਆਉਣਾ ਮੱਥਾ ਮੀਣੀ ਮੈਂ ਖੜੀ ਮਾਰਦੀ ਹੈ ਦਿਖਾਵਾਂ ਸਾਨੂੰ ਘੱਟ ਦਿਖਾਉਂਦੇ ਜਾਣਾ ਆਹ ਦੇਖੋ ਜੀ ਬਹੁਤ ਖਰਾਬ ਹੈ ਸਹੀ ਹਾਂਜੀ ਮਾਰਦੀ ਹੈ ਮੈਂ ਤਾਂ ਚੱਕਰ ਮਾਰਦੀ ਇਹਨੇ ਬੱਖੀ 'ਚ ਮਾਰਿਆ ਸੀ ਇੱਕ ਦਿਨ ਫਿੰਗਰ ਮੇਰੇ ਮੈਂ ਚੰਗਾ ਭਲ ਦਾਣਾ ਲਾਉਣ ਲੱਗ ਰਿਹਾ ਵੀ ਤੂੰ ਦਾਣਾ ਲਾਉਂਦੇ ਤੇ ਐਂ ਚੱਕ ਦੇ ਸਿੱਧੇ ਨੇ ਮਾਰਿਆ ਘੁਮਾਤਾ ਜਵਾਕ ਨੂੰ ਬੇਬੇ ਤਿਆਰੀਆਂ ਕਰ ਲਈ ਹੈ ਅਤੇ ਆਪਾਂ ਪਹਿਲਾਂ ਟਰੈਕ ਸੂਟ 'ਤੇ ਚੱਲਦੇ ਹਾਂ ਦੇਖ ਲਿਆ ਮੱਥਾ ਚੱਲਦੇ ਹਾਂ ਮੈਨੂੰ ਅਤੇ ਹੁਣ ਆ ਗਏ ਆਪਾਂ ਬਾਬਿਆਂ 'ਤੇ ਪਹਿਲਾਂ ਮਾਈ 'ਤੇ ਗਏ ਸੀ ਉਹਨੂੰ ਬਾਬਿਆਂ 'ਤੇ ਆ ਗਏ ਫਿਰ ਆਪਾਂ ਜਾਵਾਂਗੇ ਕਿੱਥੇ ਜਾਵਾਂਗੇ ਬੇਬੇ ਬਾਅਦ 'ਚ ਆਪਾਂ ਇੱਦੋਂ ਬਾਅਦ ਡੇਰੇ 'ਚ ਉਹ ਇੱਧਰ ਉਹ ਪਿੱਛੇ ਡੇਰਾ ਉਹ ਸਾਹਮਣੇ ਉਹ ਪਿੱਛੇ ਡੇਰਾ ਇੱਧਰ ਇੱਧਰ ਚਾਚੀ ਤਾਈਆਂ ਆ ਰਹੀਆਂ ਨੇ ਕੀ ਲੈਣੇ ਨੇ ਬੀਬੀ ਆ ਕੇ ਮੱਥਾ ਟੇਕਾ ਚੁੰਗੜੇ ਲਿਆਈ ਨਹੀਂ ਲੈ ਕਮਾਲ ਦੀ ਗੱਲ ਹੈ ਖੜਦਾ ਮੱਥਾ ਟੇਕਣਾ ਜੋ ਸਾਨੂੰ ਪਹਿਲਾਂ ਹੀ ਦਿਖਾਈ ਸੀ ਪਰ ਉਹ ਦੂਰੋਂ ਸਿਆਰ ਨੇੜੋ ਦੇਖ ਲਓ ਉਹ ਆ ਕੇ ਬਾਬੇ
ਇੱਧਰ ਸਮਾਧਾਂ ਨੇ ਤਾਂ ਹੋਰ ਵੀ ਮੱਥੇ ਟੇਕੀ ਜਾਂਦੇ ਨੇ ਪਿੰਡਾਂ ਦੇ ਰਿਵਾਜ ਫਰਾਰੀ ग्राउंड च आ गए तो एक चीज मैं देखी उरे कांसी राम का पत्त लग रहा है लोग उसने मुत्था टेकी जाते हैं की भेड़ चाल फड़ी इन्होंने चला भाई और ग्राउंड में भी देवे ला के वधिया दिखा रहे हैं क्योंकि ग्राउंड अपने सौ कुछ दिता है तो आह कांसी राम का पत्ता जोड़ा की दूगा ये उस मूहरे बैठ के मत्थे टेक के पेरे हथ ला के सौ कुछ करी जाते हैं तो आह भरा हो रही अपने गुरीए तो तोड़ू वर्गे हो रही सारे अपने मेहनत करते हैं कबड्डी के प्लेयर ने आ बंदे करके उरे ग्राउंड की सेवा कर रहे हैं अच्छा दीवे दुबे ला रहे हैं वधिया सजा रहे हैं दिखा देना हूँ पिछला कैमरा ला के दीवे लाए हुए दीवे चाहे बत्तियां लान लग रहे हैं ते तेल पा के फिर जागण गए रात को वधिया लगन गए फिर बहुत कुछ दिता ग्राउंड आपां जिहड़ा बंदा मेहनत करे क्या गुरजीत भाई अपना गुरिया लग रहा है लगे होने अपने भरा गुरिया फिर बहुत वधिया भरा 75 years later की है भैया ਨੂੰ ਦੱਸ ਹੈ ਤੇਰੇ ਸੁਗਾ ਲਾਲ ਜੀ ਤੇ ਹੈ ਕੀ ਚੀਜ਼ ਇਹ ਤਸੀਂ ਕਿ ਨਾ ਕੀ ਕੀ ਹਿਸਾਬ ਕਰਦਾ ਇਹ ਯੂ ਹਾਲੀ ਹਾਂ ਇਹ ਆਹਾਂ ਪਾਲੀ ਇਹ ਆਹਾਂ ਮੱਝਾਂ ਇਹ ਆ ਸੁਮਨਾ ਆਇਆ ਵਾ ਦੂਜੀ ਆਪਣੀ जेड़े भाई अपने बाहर बैठे ने सारे मिस्त कर रहे होंगे पंजाब दे जो दिन सी दिवाली दे हुण केड़ी बार दिवाली होनी केड़े पटाके होने केड़े रौनक होनी केड़ा मेला होना घर से अपन लाई थी अज दीप वाला ठीक ठीक जी ला गया पिछली बार तो डैडी ने लवाए थे अभी कल लाते फिर तुम हूँ देख सकते हो पिंड की रौनक थलो तो गड्डी देखोगे उपर जाके दिखाने पे थलो दिखा देना जेडी नेट तो लगे होने लाइटा बस उ दिख रही होने हूँ आह वीडियो मैं बैक कैमरा बना रहा क्योंकि मुरले कैमरे च फ्लैश है नहीं जल्द कैमरे फ्लैश है तो फिर चंगी तरह आ कैमरे से मम्मी होर ने लाए हुए दीप सिंह दुकाने गेट से खेडते दीप माला अस्सा ने लाई है तो हम आप उपर जाके देखते हैं भी की बनता है वह उपर नहीं अपनी छत के उपर कि मैं घरों मूहरे बैठे
ਤੇ ਹਮਾਰੇ ਬੜੇ ਭਾਈ ਜਾਣ ਕੀ ਬਹੁਤ ਯਾਦਗਾਰੀ ਹੈ ਕਿਉਂਕਿ ਆਹ ਪੈਸੇ ਪਏ ਨੇ ਜਿਹੜੇ ਅਸੀਂ ਅੱਧੇ ਅੱਧੇ ਕਰਦੇ ਹੁੰਦੇ ਸੀ ਲੜਕੇ ਹੋਈ ਵੀ ਅੱਧੇ ਤੇਰੇ ਅੱਧੇ ਮੇਰੇ ਪਹਿਲਾਂ ਇਹ ਹੁੰਦਾ ਸੀ ਵੀ ਜਿਹੜਾ ਸਵੇਰੇ ਪਹਿਲਾਂ ਉੱਠ ਗਿਆ ਪੈਸੇ ਆਉਂਦੇ ਪਰ ਮੇਰਾ ਭਾਈ ਜਦ ਉੱਠਦਾ ਸੀ ਪਰ ਉਹ ਅੱਧੇ ਅੱਧੇ ਕਰ ਲੈਂਦਾ ਸੀ ਘੈਂਟ ਬਣਦਾ ਹੁਣ ਮੈਂ ਆਹ ਵੀਡੀਓ ਤਾਂ ਬਣਾ ਰਿਹਾ ਕਿਉਂਕਿ ਜਿਹੜੇ ਮੇਰੇ ਭਾਈ ਭੈਣ ਬਾਹਰ ਬੈਠੇ ਨੇ ਉਹਨੂੰ ਯਾਦ ਆ ਰਹੀ ਹੈ ਇੰਡੀਆ ਦੀ ਪੰਜਾਬ ਦੀ ਤਿਉਹਾਰਾਂ ਦੀ ਅਤੇ ਉਹਨਾਂ ਨੂੰ ਦਿਖਾ ਰਿਹਾ ਵੀ ਕਿਵੇਂ ਮਨਾਉਂਦੇ ਸੀ ਤੁਸੀਂ ਬਾਹਰ ਬੈਠੇ ਇੰਜੋਏ ਕਰ ਸਕਦੇ ਪੰਜਾਬ ਦੇ ਬੰਦੇ ਪੰਜਾਬ ਦੀ ਬੁੜੀਆਂ ਮੱਥਾ ਮੱਥਾ ਟੇਕ ਕੇ ਮਨਾਉਂਦੀਆਂ ਨੇ ਪੂਰਾ ਅਤੇ ਪੰਜਾਬ ਦੇ ਲੋਕ ਸਾਰੇ ਦੀਵੇ ਦੂਵੇ ਲਾ ਕੇ ਘਰ ਸਜਾ ਕੇ ਸ਼ਹਿਰ ਮਨਾਉਂਦੇ ਨੇ ਅਤੇ ਐਤਕੀ ਪੜਾਕੇ ਨਹੀਂ ਵਜਾ ਰਹੇ ਕਿਉਂਕਿ ਮੂਡ ਤਾਂ ਹੈ ਨਹੀਂ ਪੜਾਕੇ ਪੜੁਕੇ ਵਜਾਉਂਦਾ ਪਹਿਲੀ ਵਾਰ ਬਥੇਰੇ ਮਿਲਦੇ ਪ੍ਰਦੂਸ਼ਣ ਹੁੰਦਾ ਹੈ ਇੱਦੂ ਵਧੀਆ ਪੇੜ ਪੌਦੇ ਲਾ ਦਿਉ ਆਇਆ ਭਾਈ ਮੱਥਾ ਟੇਕ ਲੈ ਧਰਦੇ ਮੇਰੇ ਪੈਸੇ ਹੁਣ ਤਾਂ ਮੇਰੇ ਭਾਈ ਨੂੰ ਕਹਿਣਾ ਚਾਹੂੰਗਾ ਕਿਉਂਕਿ ਜਿਹੜੇ ਤੂੰ ਪੈਸੇ ਚੱਕਦਾ ਸੀ ਇੱਦਾਂ ਦੇ ਕਰਦੇ ਸੀ ਹੁਣ ਸਾਰੇ ਮੇਰੇ ਹੋਣਗੇ ਬੇਬੇ ਨਹੀਂ ਪਤਾ ਯੋਗਦਾਨ ਪੈਸਿਆਂ 'ਚ ਆਪਣਾ ਅੱਜ ਦਾ ਵਲੋਗ ਇੱਥੇ ਖਤਮ ਹੁੰਦਾ ਹੈ ਤਾਂ ਅੱਜ ਦੇ ਆਹ ਵਲੋਗ 'ਚ ਆਹੀ ਦੱਸਿਆ ਗਿਆ ਵੀ ਸਾਡੇ ਪਿੰਡ ਵਾਲੇ ਲੋਕ ਪਿੰਡ ਵਾਲ ਦੀ ਪੀੜ੍ਹੀ ਵੀ ਦੀਵਾਲੀ ਕਿਸ ਤਰ੍ਹਾਂ ਮਨਾਉਂਦੀ ਹੈ ਅਤੇ ਵੀ ਕੀ ਕੁਝ ਕਰਦੀ ਹੈ ਵੀ ਸਾਫ਼ ਸਫਾਈਆਂ ਕਿੱਥੇ ਕਿੱਥੇ ਮੱਥੇ ਟੇਕਦੀ ਹੈ ਅਤੇ ਦੀਵਾਲੀ ਕਿਵੇਂ ਮਨਾਉਂਦੀ ਹੈ ਸਭ ਕੁਝ ਦੱਸਿਆ ਇਸ 'ਚ ਸੋ ਪਿਆਰ ਦਿਉ ਇਸ ਵਲੋਗ ਨੂੰ ਜਿਹੜੇ ਮੇਰੇ ਵੀਰ ਜਾਂ ਭੈਣਾਂ ਬਾਹਰ ਬੈਠੇ ਨੇ ਉਹ ਆਹ ਵਲੋਗ 'ਚ ਆਪਣੇ ਪੰਜਾਬ ਦਾ ਤਿਉਹਾਰ ਦੇਖ ਸਕਦੇ ਨੇ ਜੋ ਕਿ ਉਰੇ ਛੱਡ ਕੇ ਗਏ ਨੇ ਹੁਣ ਵਲੋਗਸ ਰਾਹੀਂ ਅਸੀਂ ਉਹ ਪਾ ਸਕਦੇ ਹਾਂ ਹੁਣ ਸੋ ਤੁਸੀਂ ਪਿਆਰ ਦਿਉ ਵਲੋਗਸ ਨੂੰ ਸੋ ਥੈਂਕ ਯੂ।